ਖਾਣ ਪੀਣ ਨੂੰ ਕੁਛ ਨੀ ਆ ਆ ਪਾਣੀ ਏਜੰਟ ਨੇ ਪਾਣੀ ਦੀ ਬੋਤਲ ਦਿੱਤੀ ਕੱਲੀ ਇੱਕ ਪੰਜਾਬੀ ਲੱਗਦੇ ਐਂਡ ਆਪਣਾ ਫੂਡ ਵੀ ਨਾਲ ਰੱਖੋ ਜੇਕਰ ਤੁਹਾਨੂੰ ਕੁਛ ਨੀ ਮਿਲਣਾ ਤੋ ਐਡਵਾਂਸ ਹੋ ਦੀ ਮੋਰਨਿੰਗ ਹੋ ਚੁੱਕੀ ਆ ਜੀ, ਸਾਰੇ ਜਣੇ ਉੱਠ ਚੁੱਕੇ ਆ, ਮੈਂ ਵੀ ਰੈਡੀ ਵਗੈਰਾ ਹੋ ਚੁੱਕਾ। ਅੱਜ ਜਾਣਾ ਵਾ ਹਾਈਕਿੰਗ 'ਤੇ, ਲਾਈਕ ਇੱਥੇ ਇੱਕ ਟ੍ਰੇਲ ਆ ਆਲਮੋਸਟ 10 ਕਿਲੋਮੀਟਰ ਦੀ, ਉੱਥੇ ਹਾਈਕ ਕਰਾਂਗੇ। ਅੱਜ ਦਾ ਵਲੋਗ ਬਹੁਤ ਘੈਂਟ ਹੋਊਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਰੀ ਗੁੱਡ ਮੋਰਨਿੰਗ, ਵੈਲਕਮ ਬੈਕ ਟੂ ਦੀ ਚੈਨਲ ਅਤੇ ਵਲੋਗ ਨੂੰ ਦੇਖਦੇ ਰਹੋ। ਮੈਂ ਵੀ ਹੁਣ ਬਸ ਬ੍ਰੇਕਫਾਸਟ ਕਰਨਾ, ਸਾਰੇ ਜਣੇ ਬ੍ਰੇਕਫਾਸਟ ਕਰਦੇ ਪਏ ਉਧਰਲੀ ਸਾਈਡ, ਐਂਡ ਇੱਥੇ ਮੈਂ ਆਪਣਾ ਕੈਮਰਾ ਸੈਟਅਪ ਕੀਤਾ ਸੀ ਜਸਟ ਵੀਡੀਓ ਕਲਿੱਪ ਲੈਣ ਵਾਸਤੇ। ਸੋ ਹੁਣ ਚੱਲਦੇ ਹਾਂ, ਬ੍ਰੇਕਫਾਸਟ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਹਾਈਕਿੰਗ 'ਤੇ ਨਿਕਲ ਜਾਣਾ, ਦੈਨ ਡੇ ਨੂੰ ਸਟਾਰਟ ਕਰਦੇ ਹਾਂ। ਬ੍ਰੇਕਫਾਸਟ ਸਾਡਾ ਰੈਡੀ ਹੋ ਰਿਹਾ, ਆਮਲੇਟ, ਬ੍ਰੈਡ, ਪਲੱਸ ਪੀਪਲਸ ਲਈ, ਐਂਡ ਆਹ ਆਮਲੇਟ ਦਾ ਕੀ ਕਹਿੰਦੇ ਡੋ ਤਾਂ ਕਹਿ ਨਹੀਂ ਸਕਦੇ, ਬੈਟਰ ਬੈਟਰ ਲਾਈਕ ਇਸ। ਮੈਂ ਇੱਥੋਂ ਦੇ ਵਾਸ਼ਰੂਮ ਦਾ ਦੱਸਣਾ ਸੀ। ਮੋਸਟ ਆਫ ਦੀ ਲਾਈਕ ਇੰਡੀਆ 'ਚ ਹੁੰਦਾ ਜਦੋਂ ਆਪਾਂ ਕਿਤੇ ਵੀ ਆਪਾਂ ਟ੍ਰਿਪ ਵਗੈਰਾ 'ਤੇ ਜਾਂਦੇ ਹਾਂ, ਵਾਸ਼ਰੂਮ ਗੰਦੇ ਹੁੰਦੇ, ਬਟ ਆਹ ਪ੍ਰੋਪਰਟੀ ਦੇ ਸਾਹੂ ਬਾਹਰ ਆਣ ਕੇ ਲੈਂਦਾ ਪਿਆ, ਬਟ ਆਹ ਪ੍ਰੋਪਰਟੀ ਦੇ ਵਾਸ਼ਰੂਮ ਬਹੁਤ ਕਲੀਨ ਆ, ਲਾਈਕ ਐਵਰੀਥਿੰਗ ਇਹਦਾ ਹਾਈਜੀਨਿਕ ਵੀ ਆ, ਦੈਨ ਪ੍ਰੋਪਰ ਵਾਸ਼ ਆਊਟ ਕਰਨ ਲਈ ਵੀ ਸਾਰਾ ਕੁਝ ਵਧੀਆ, ਲਾਈਕ ਵਾਸ਼ਰੂਮ ਘੈਂਟ ਹੀ। ਸੋ ਇਹਦੀ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਇਸ ਜਗ੍ਹਾ 'ਤੇ ਆਉਂਦੇ, ਜੇ ਹਾਈਕਿੰਗ ਕਰਨ ਲਈ ਵਾਸ਼ਰੂਮ ਬਿਲਕੁਲ ਬੈਸਟ ਆ। ਹੁਣ ਬਸ ਸਾਰੇ ਜਣੇ ਰੈਡੀ ਹੋ ਗਏ, ਰੈਡੀ ਟੂ ਗੋ, ਸਨਸਕ੍ਰੀਨ ਵਗੈਰਾ ਲਾ ਲਈ। ਵੈਸੇ ਅੱਜ ਵੈਦਰ ਕਾਫੀ ਵਧੀਆ ਸੀ, ਸਨਸਕ੍ਰੀਨ ਦੀ ਇੰਨੀ ਲੋੜ ਨਹੀਂ ਆ, ਬਟ ਸਟਿਲ ਇੱਥੇ ਨਾ ਟੈਨਿੰਗ ਥੋੜ੍ਹੀ ਜ਼ਿਆਦਾ ਹੋ ਜਾਂਦੀ, ਲਾਈਕ ਬਿਕੋਜ਼ ਨਹੀਂ ਵੀ ਹੈਗੀ ਤੋਂ ਪਤਾ ਵੀ ਤੁਹਾਨੂੰ ਟੈਨਿੰਗ ਹੋ ਜੂਗੀ। ਸੋ ਦੈਟ ਫੋਰ ਸੇਫ ਸਾਈਡ ਸਪਰੇਅ ਵਗੈਰਾ ਹੁਣ ਕਰ ਲਈ ਆ, ਅਤੇ 9:05 ਹੋ ਗਿਆ, ਬਸ ਹੁਣ ਨਿਕਲਦੇ ਹਾਂ। ਨਾਨੀ ਨਾਨਾ ਸਿੱਖੀ ਪੰਜਾਬੀ, ਓਕੇ, ਤੇ ਪੰਜਾਬੀ ਸੌਂਗ ਦਾ ਕਰੇਜ਼ ਕਿੱਥੋਂ ਪਿਆ? ਲਾਈਕ ਇਹਦੀ ਆਵਾਜ਼ ਘੱਟ ਕਰ ਦਿਓ, ਕਾਪੀਰਾਈਟ ਆ ਜਾਣਾ। ਦੈਟਸ ਵੈਨ। ਨਾਓ ਹੁਣ ਦੱਸੋ ਵੀ ਲਾਈਕ ਪੰਜਾਬੀ ਸੌਂਗ ਦਾ ਤੁਹਾਨੂੰ ਕਿੱਥੋਂ ਕਰੇਜ਼ ਪਿਆ? ਪੰਜਾਬੀ ਸੌਂਗ ਰੀਸੈਂਟਲੀ ਇੰਡੀਆ ਤੋਂ ਬਾਅਦ ਜਦੋਂ ਮੈਂ ਆਇਆ ਕਲਚਰ ਦੇ ਵਿੱਚ, ਥੋੜਾ ਉੱਚੀ ਬੋਲੋ। ਰੀਸੈਂਟਲੀ ਸੁਣਨ ਲੱਗੇ ਪੰਜਾਬੀ ਗਾਣੇ, ਰਾਈਟ? ਬਟ ਹੁਣ ਤੁਸੀਂ ਫਨੀ ਗੱਲ ਨਹੀਂ ਕੋਈ ਕਰਦੇ, ਬਟ ਸੀਰੀਅਸ ਹੋ ਗਏ ਜੀ ਇਦਾਂ ਕਿਉਂ? ਇਟਸ ਨਾਟ ਇੰਟਰਵਿਊ, ਇਹ ਜਸਟ ਨਾਰਮਲ ਕੁਐਸਚਨ, ਬਸ ਕੈਮਰਾ ਆਨ ਆ। ਕਿਲੋਮੀਟਰ ਲਿਖੇ ਨੀ ਇਹਨਾਂ ਨੇ, ਕਿਲੋਮੀਟਰ 1240 ਕਲਾਈਮ ਕਰਨਾ, 300 meters. Okay, so let's start it. ਤੁਸੀਂ ਪਿੱਛੇ ਸਤਿ ਅਕਾਲ ਯਾਤਰੀ, ਨਿਕਲ ਚੁੱਕੇ ਆਪਣੀ ਯਾਤਰਾ ਤੇ 10 ਕਿਲੋਮੀਟਰ ਲਈ ਨੈਣਾ ਦੇਵੀ ਦੀ ਚੜ੍ਹਾਈ ਚੱਲੇ ਆ, ਐਂਡ ਬਸ ਉੱਤੇ ਜਾ ਕੇ ਜਲਦੀ ਜਲਦੀ ਪੀਆਰ ਹੋ ਜਾਂਦਾ। ਹੈਲੋ ਕਰ ਦੋ, ਨਾਮ ਦੱਸ ਦੋ। ਜਗਤਾਰ, ਪ੍ਰਤੀਕ,
ਓ ਗੈਵਿਨ ਇਹਦਾ ਤਾਂ ਪਤਾ ਹੀ ਹੋਣਾ ਆਈ ਥਿੰਕ ਅਜੇ ਵਰਮਾਨੀ ਟੇਕ ਇਟ ਈਜ਼ੀ ਮਾਸਟਰ ਜੀ ਤੁਹਾਡੇ ਪਿੱਛੇ ਹੀ ਬਣ ਰਿਹਾ ਸੀ ਨਹੀਂ ਮੈਂ ਪਿੱਛੇ ਸਾਰਿਆਂ ਨੂੰ ਅਬਜ਼ਰਵ ਕਰਦਾ ਜਾਣਾ ਕੀ ਕੀ ਕਰਨ ਦੇ ਜੇ ਕੋਈ ਡਿੱਗਿਆ ਕੈਪਚਰ ਹੋ ਜਾਊਗਾ ਨਾ ਜੇ ਮੈਂ ਪਿੱਛੇ ਕੋਈ ਡਿੱਗਿਆ ਮੈਂ ਅੱਗੇ ਕੈਪਚਰ ਕੀ ਕਰੂੰਗਾ ਕਿਤੇ ਮੈਂ ਆਪ ਹੀ ਨਾ ਡਿੱਗ ਜਾ ਚਿੜੀਆਂ ਬੇਸਿਕਲੀ ਆਪਸ ਚ ਸਲਾਹ ਕਰ ਰਹੀਆਂ ਨੀ ਭੈਣੇ ਇਹ ਕਿਹੜੇ ਬੰਦੇ ਆ ਗਏ ਆ ਇਹ ਕੌਣ ਆ ਗਏ ਸਾਡੇ ਇਲਾਕੇ ਚ ਪੁਨਾਮਾ ਦੇ ਜੰਗਲਾਂ ਚ ਫਸ ਚੁੱਕੇ ਆ ਟੈਰੀਰਿਸਟ ਮਗਰ ਸਾਡੀ ਸਾਰੀ ਗੈਂਗ ਜਾਂਦੀ ਹੋਈ ਪੁਨਾਮਾ ਦੇ ਜੰਗਲਾਂ ਚ ਸਾਨੂੰ ਬਚਾ ਲੋ ਕੀ ਜਾਣਾ ਜੀ ਗਾਈ ਲਾਣ ਕੇ ਪੁਨਾਮਾ ਦੇ ਜੰਗਲਾਂ ਚ ਫਸ ਚੁੱਕੇ ਸਾਡੇ ਖਾਣ ਪੀਣ ਨੂੰ ਕੁਛ ਨੀ ਆ ਆ ਪਾਣੀ ਏਜੰਟ ਨੇ ਪਾਣੀ ਦੀ ਬੋਤਲ ਦਿੱਤੀ ਕੱਲੀ ਇੱਕ ਨੂੰ ਏਜੰਟ ਗਾਈ ਏਜੰਟ ਪੈਸੇ ਲਾ ਕੇ ਭੱਜ ਗਿਆ ਯਾਰ ਵੇਖਣ ਨੂੰ ਜਿੰਨੀ ਈਜ਼ੀ ਏ ਉਹ ਤਾਂ ਜ਼ਿਆਦਾ ਡਿਫੀਕਲਟ ਆ ਤੁਹਾਡਾ ਫਿਰ ਕਬੱਡੀ ਵਾਲਾ ਪਾਟ ਆ ਨਾ ਜਦੋਂ ਉੱਠਿਆ ਨਾ ਗਿਆ ਉਹਨਾਂ ਨੇ 6 ਘੰਟੇ 'ਚ ਲਿਖਿਆ ਸੀ ਮੈਨੂੰ ਲੱਗਦਾ ਇਹ 10 ਘੰਟਿਆਂ 'ਚ ਵੀ ਨਹੀਂ ਪੂਰੀ ਹੋਣੀ ਵੇਖਣ ਨੂੰ ਸਟ੍ਰੇਟ ਲੱਗ ਰਹੀ ਬਟ ਏਦਾਂ ਸਟੀਪ ਆ ਪੂਰੀ ਨਾਓ ਇਟਸ ਬ੍ਰੇਕ ਟਾਈਮ ਜੇ ਸੱਚੀ ਬੀਅਰ ਆ ਗਿਆ ਕਿਸੇ ਨੇ ਨੀ ਰੁਕਣਾ ਜਿਹੜਾ ਫਸ ਗਿਆ ਫਸ ਗਿਆ ਵਾਟਰ ਕਰੋਸਿੰਗ ਰਿਵਰ ਕਰੋਸਿੰਗ ਦਿਸ ਇਜ਼ ਅ ਰਿਵਰ ਕਰੋਸਿੰਗ ਬ੍ਰੋ ਓ ਮਾਈ ਗੋਡ ਲੋਟਸ ਆਫ ਮੱਡ ਪਤਾ ਨੀ ਬਾਕੀ ਲਿਰਿਕਸ ਕੀ ਹੈ ਅੱਗੇ ਕਹੋ ਸਰਤਾਜ ਨੂੰ ਪੁੱਛੋ ਚੁੱਪ ਹੋ ਗਿਆ ਇਹ ਉਹ ਗਾਣਾ ਨਹੀਂ ਜਿਹੜਾ ਸਰਤਾਜ ਨੇ ਕਾਪੀ ਕੀਤਾ ਸੀ ਸਰ ਤੁਹਾਡਾ ਹਾਂਜੀ ਭਾਜੀ ਮੈਂ ਲਿਖਿਆ ਸੀ ਸਰ ਤੁਸੀਂ ਕਾਪੀਰਾਈਟ ਕਲੇਮ ਨਹੀਂ ਪਾਇਆ ਪੰਜਾਬੀ ਜਿਹੜੀ ਬੋਲੀ ਹੈ ਨਾ ਸਾਂਝੀ ਸਪਰੈਡ ਕਰੋ ਸਪਰੈਡ ਕਰੋ ਈਚ ਅਦਰ ਦੇ ਲਿਰਿਕਸ ਯੂਜ਼ ਕਰੋ ਹਨਾ ਪ੍ਰੀਤਮ ਵਾਂਗੂ ਦੂਜਿਆਂ ਦਾ ਮਿਊਜ਼ਿਕ ਯੂਜ਼ ਕਰੋ ਰਾਈਟ ਬੈਕ ਵਾਲਾ ਵਿਊ ਐਡਾ ਘੈਂਟ ਸੀ ਨਾ ਪੀਸਫੁਲ ਇੱਥੇ 10 ਮਿੰਟ ਬਿਤਾਏ ਲਾਈਕ ਐਮ ਮਾਈਂਡ ਰਿਲੈਕਸ ਹੋ ਜਾਂਦਾ ਉੱਤੋਂ ਹਵਾ ਚੱਲਦੀ ਪਈ ਬਹੁਤ ਘੈਂਟ ਕਾਫੀ ਵਧੀਆ ਵਿਊ ਸੀ ਆਹ ਵਾਲਾ ਚੱਲ ਗਏ ਸਾਰੇ ਜਣੇ ਅੱਗੇ ਮੈਂ ਵੀ ਚੱਲਦਾ ਫੁੱਲ ਤੇ ਐਟਲੀਟ ਨਾ ਹੋ ਜਾਈਏ ਮਤਲਬ ਪਹਿਲਾਂ ਹੀ ਸਹੀ ਹੈ ਵੀ ਜੇ ਡਿੱਗੂ ਅਸੀਂ ਵੇਖ ਲਾਂਗੇ ਵੀ ਉੱਥੇ ਅਸੀਂ ਪੈਰ ਨਹੀਂ ਰੱਖਣਾ ਵੀਡੀਓ ਤੁਹਾਡੀ ਬਣਦੀ ਪਈ ਆ ਕੇਅਰਫੁਲ ਬੇਸੀ ਨਾ ਜੇ ਬੇਸੀ ਖਰਾਬ ਨਾ ਜੇ ਨਹੀਂ ਨਹੀਂ ਦੱਸੋ ਵੀ ਮਸ਼ਰੂਮ ਬਾਰੇ ਕੀ ਗੱਲ ਕਰਦੇ ਪਏ ਮਸ਼ਰੂਮ ਜਿਹੜੀਆਂ ਇੱਥੇ ਫੋਰੈਸਟ 'ਚ ਉਹ ਖਾਣ ਵਾਲੀਆਂ ਨਹੀਂ ਹੁੰਦੀਆਂ ਤੇ ਥੋੜੇ ਧਿਆਨ ਨਾਲ ਵੀ ਸਟੈਪ ਰੱਖਿਓ ਬਲੀਵ ਕੀਤਾ ਜਾਂਦਾ ਕਿ ਦਰਖਤ ਤੋਂ ਪਹਿਲਾਂ ਦੁਨੀਆਂ ਦੇ ਵੱਡੇ ਵੱਡੇ ਮਸ਼ਰੂਮ ਹੁੰਦੇ ਸੀਗੇ
ਬਾਕੀ ਪਤਾ ਨਹੀਂ ਸੁਣਿਆ ਬਟ ਨਹੀਂ ਮਸ਼ਰੂਮ ਓਬਵੀਅਸਲੀ ਵੀ ਜੰਗਲ ਵਾਲੇ ਖਾਣ ਵਾਲੇ ਨਹੀਂ ਹੁੰਦੇ ਮੈਂ ਨਵਰ ਸੀ ਵਾਈਲਡ ਤੇ ਸਾਰਿਆਂ ਨੇ ਵੇਖਿਆ ਹੀ ਆ ਛੋਟੇ ਨੇ ਲਾਈਕ ਉਹ ਚ ਬੀਅਰ ਗ੍ਰਿਲ ਦੱਸਦਾ ਵੀ ਨਹੀਂ ਏਡੇ ਬਲ ਹੁੰਦੇ ਮੈਂ ਆਹ ਮਸ਼ਰੂਮ ਦੀ ਗੱਲ ਕਰਦਾ ਪਿਆ ਸੀ ਸਟਾਰਟ ਓਕੇ ਗਾਈਸ ਅੱਜ ਮੈਂ ਤੁਹਾਨੂੰ ਟਿਪਸ ਦੇਣ ਜਾ ਰਿਹਾ ਨਾਲ ਨਾਲ ਤੁਰਿਓ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਮੈਂ ਨਵਰ ਸੀ ਵਾਈਲਡ ਦਾ ਚੈਨਲ ਬੀਅਰ ਗ੍ਰਿਲ ਤੋਂ ਲੈ ਕੇ ਆਪਾਂ ਅਕਵਾਇਰ ਕਰ ਲਿਆ ਉਹ ਸ਼ੋ ਸੋ ਮੈਂ ਤੁਹਾਨੂੰ ਦੱਸੂੰਗਾ ਜੰਗਲ 'ਚ ਕਿੱਦਾਂ ਰਹਿ ਜਾਂਦਾ ਸਭ ਤੋਂ ਪਹਿਲਾਂ ਪਾਣੀ ਬਚਾ ਕੇ ਰੱਖਣਾ ਸੀ ਪਾਣੀ ਦੀ ਬੋਤਲ ਘਰੋਂ ਲੈ ਕੇ ਆਉਣੀ ਆ ਜੰਗਲ ਤੋਂ ਪਾਣੀ ਨਹੀਂ ਮਿਲਦਾ ਥੋੜ੍ਹੇ ਜਿਹੇ ਐਡਵਾਂਸ ਹੋਵੋ ਅਤੇ ਟ੍ਰੀ ਨੂੰ ਟੱਚ ਨਹੀਂ ਕਰਨਾ ਹਾਲਾਂਕਿ ਮੈਂ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ ਐਂਡ ਆਪਣਾ ਫੂਡ ਵੀ ਨਾਲ ਰੱਖੋ ਜੰਗਲ 'ਚ ਤੁਹਾਨੂੰ ਕੁਛ ਨਹੀਂ ਮਿਲਣਾ ਸੋ ਐਡਵਾਂਸ ਹੋਵੋ ਐਂਡ ਮੇਰੇ ਵਾਂਗੂ ਡਿੱਗੋਣਾ 3 ਕਿਲੋਮੀਟਰ ਕਰ ਲਏ ਆ ਤੁਸੀਂ ਤੇਜ਼ ਕਰਦੇ ਇਹਨੂੰ ਨਾਰਮਲੀ ਕਰੋ ਫਿਰ ਤੁਹਾਡੇ ਕੋਲ ਨਿਕਲੂ ਜੇ ਤੇਜ਼ ਕਰੋਗੇ ਫਿਰ ਨਿਊ ਅਪਕਮਿੰਗ ਬੀਅਰ ਗ੍ਰਿਲ ਮੇਰੇ ਤੋਂ ਬਾਅਦ ਇਹ ਕਰਨਗੇ ਚਲੋ ਲੈਟਸ ਗੋ 3 ਕਿਲੋਮੀਟਰ ਹੋ ਗਿਆ ਐਂਡ ਅੱਗੇ ਸਿਰਫ 7 ਕਿਲੋਮੀਟਰ ਰਹਿ ਗਿਆ 3 ਕਿਲੋਮੀਟਰ ਦੀ ਹਾਲਤ ਦੇਖ ਸਕਦੇ ਤੁਸੀਂ ਸਾਡੀ 3 ਕਿਲੋਮੀਟਰ 'ਚ 4 ਤੋਂ 5 ਸਟੋਪ ਲੈ ਚੁੱਕੇ ਅਸੀਂ ਸੋ ਉਸ ਤੋਂ ਅੱਗੇ ਕੀ ਬਣੂਗਾ ਆਪੇ ਤੁਸੀਂ ਇਮੈਜਿਨ ਕਰ ਲਓ ਆਈ ਥਿੰਕ ਟੋਟਲ 14 ਨੇ ਚੈੱਕ ਪੁਆਇੰਟ ਆ ਪ੍ਰੋਬੇਬਲੀ ਹੁਣ ਆਈ ਥਿੰਕ ਸੋ ਅਸੀਂ 5 ਕਰ ਲਏ ਹੋਣਗੇ ਚੈੱਕ ਪੁਆਇੰਟ ਨਹੀਂ ਚੈੱਕ ਪੁਆਇੰਟ ਆਈ ਥਿੰਕ 4-5 ਕਰ ਲਏ ਨੇ ਨਹੀਂ 3 ਤੋਂ ਪਿੱਛੇ ਰਹਿ ਗਿਆ ਸੀ ਜਿਹੜੀ ਸਾਹਮਣੇ ਲੇਕ ਦੇਖ ਰਹੇ ਨਾ ਆਈ ਥਿੰਕ ਮੈਂ ਪਹਿਲਾਂ ਵੀ ਵੀਡੀਓ 'ਚ ਲਈ ਸੀ ਜਦੋਂ ਬੀਰੋਜ਼ ਗੱਡੀ 'ਤੇ ਆਉਂਦੇ ਪਏ ਸੀ ਉਹ ਲੇਕ ਆਫ 2 ਰਿਵਰ ਦਾ ਅਤੇ ਲਾਈਕ ਇਹਨੂੰ ਪੰਜਾਬੀ 'ਚ ਕਹਿ ਲਓ ਵੀ 2 ਜਾਬ ਆ ਜਿੱਦਾਂ ਪੰਜਾਬ 'ਚ 5 ਜਾਬ ਕਹਿੰਦੇ ਇਹਨੂੰ 2 ਜਾਬ ਕਹਿ ਸਕਦੇ ਅਤੇ ਸਭ ਤੋਂ ਘੈਂਟ ਇੱਥੋਂ ਜਾਂਦੇ ਵਿਊ ਪੁਆਇੰਟ ਉਹ ਵਾਲਾ ਵਾ ਅਸੀਂ ਰੁਕੇ ਨਹੀਂ ਬਟ ਵੀਡੀਓ 'ਚ ਤੁਸੀਂ ਦੇਖਣਾ ਮੈਂ ਕਲਿਪਸ ਲਈਆਂ ਇਹੋ ਗੀਆਂ ਅਤੇ ਐਂਡ ਹਾਊ ਵਾਜ਼ ਯੂਅਰ ਐਕਸਪੀਰੀਅੰਸ ਇਨ ਕੈਨੇਡਾ ਪਹਿਲਾਂ ਕੈਨੇਡਾ ਦਾ ਐਕਸਪੀਰੀਅੰਸ ਦੱਸੋ ਬਹੁਤ ਵਧੀਆ ਹੋਈ ਲੋਕਿੰਗ It was good. I really like Canada. Okay, that's nice. My favorite part about Canada? Simran. It's a naam Simran karde hunne ya. That's good, you know. Ki karde ne? Naam Simran. Naam Simran. Okay, got it. Yeah. Jinne nahi pata hai. Kare mamma me kehndi hai bhi Eddie Simran bahut karde aajkal. I'm like, yeah, part karne lage. Eh, nice joke. But it's good. Canada's yeah. A1. Tanu bhi aana chahiye. Yeah. Tada YouTube channel ki hai? YouTube channel mera. Yeah, he's very famous. Salman Khan ne interview ki thi inna ne like. In check out karta hai. YouTube channel hai Jay Raj Gill. Check kar lo. Yeah. Haan ji. Sorry. ਆਹ ਮੈਨੂੰ ਲੱਗਦਾ ਸਭ ਤੋਂ ਟੌਪ ਦਾ ਵਿਊ ਪੁਆਇੰਟ ਹੁਣ ਤੱਕ ਦਾ ਜਿੰਨਾ ਵੀ ਕਲਾਈਮ ਕੀਤੀ ਆ ਅਤੇ ਇੱਥੋਂ ਵਿਊ ਚੈੱਕ ਕਰੋ ਕੈਮਰੇ 'ਚ ਉਨਾ ਵਧੀਆ ਨਹੀਂ ਮੈਨੂੰ ਲੱਗਦਾ ਲੱਗ ਰਿਹਾ ਹੋਣਾ ਜਿੰਨਾ ਫਿਜ਼ੀਕਲੀ ਐਕਸਪੀਰੀਅੰਸ ਕਰਕੇ ਵਧੀਆ ਲੱਗ ਰਿਹਾ ਵਾ ਬਹੁਤ ਘੈਂਟ ਵਿਊ ਪੁਆਇੰਟ ਇਹ ਸਾਡੀ ਰਿਵਰ ਕਰੋਸਿੰਗ ਆ ਫੋਰ ਬਾਏ ਗੱਡੀਆਂ 4x4 ਹੈ ਨਾ ਗੱਡੀਆਂ 4x4 ਆ ਪਰ ਆਪਾਂ 4x2 ਲੈ ਕੇ ਜਾਂਦੇ ਹਾਂ ਆਪਾਂ ਹੌਲੀ ਹੌਲੀ ਨਿਕਲ ਜਾਂਦੇ ਹਾਂ ਪਹਿਲਾਂ ਕੀ ਕਰੋ 4x4 ਲੋ ਲਾ ਲਓ ਲੋ ਲਾ ਲਈ ਯਾ ਹਾਂ ਫੇਰ ਠੀਕ ਆ ਕਿਉਂਕਿ ਕਿੱਟ ਆਪਾਂ ਬ੍ਰੈਬਸ ਨਹੀਂ ਨਾ ਲਵਾਈ ਹਾਂ ਆਪਾਂ ਸਲੋਲੀ ਜਿਹਾ ਵੀ ਮੈਂ ਜੇ ਬੋਲਣ ਨਹੀਂ ਲੱਗਾ ਅਸਲ 'ਚ ਮੈਨੂੰ 4x ਹਾਈ ਲਾਉਣਾ ਚਾਹੀਦਾ 4x4 ਹੈਂ ਹੈਂਡ ਬ੍ਰੇਕ ਲਾਤੀ ਨਾ ਮੈਂ ਨਾਲੇ ਹੀ ਉਹ ਅਸਲ 'ਚ 4x4 ਹਾਈ ਲਾਉਣਾ ਚਾਹੀਦਾ ਸੀ ਮੈਨੂੰ ਜੀ ਜੀ ਨੇ ਕਿਹਾ 4x4 ਲੋ ਲਾ ਲਾ ਦੈਟ ਹੁਣ ਸਾਨੂੰ ਪਤਾ ਨਹੀਂ ਕਿੰਨੇ ਕਿਲੋਮੀਟਰ ਕਰ ਚੁੱਕੇ ਹਾਂ ਪਰ ਆਲਮੋਸਟ ਇਹ ਜ਼ਿਗ ਜ਼ੈਗ ਟ੍ਰੇਲ ਆ ਕਦੀ ਥੱਲੇ ਕਦੀ ਉੱਤੇ ਕਦੀ ਥੱਲੇ ਕਦੀ ਉੱਤੇ ਸੋ ਪਾਣੀ ਆਲੋ ਸੋ ਉਹਦੇ ਲਈ ਬਹੁਤ ਟਾਇਰਿੰਗ ਹੋ ਰਿਹਾ ਉਹ ਚੀਜ਼ ਕਰਕੇ ਅਸੀਂ ਮੈਨੂੰ ਲੱਗਦਾ ਰਹਿ ਵੀ ਸਭ ਤੋਂ ਜ਼ਿਆਦਾ ਪਿੱਛੇ ਅਸੀਂ ਗਏ ਹਾਂ ਇੱਕ ਹੋਰ ਚੀਜ਼ ਗਾ ਇਸ ਜੇ ਵੀ ਜੰਗਲਾਂ 'ਚ ਆਉਣਾ ਵਾ ਆਪਣੀ ਪ੍ਰੋਟੀਨ ਬਾਰ ਜ਼ਰੂਰ ਲੈ ਕੇ ਆਓ ਜਦੋਂ ਪ੍ਰੋਟੀਨ ਘੱਟ ਹੋਇਆ ਪ੍ਰੋਟੀਨ ਬਾਰ ਖਾਓ ਐਨਰਜੀ ਪਾਓ ਯਾ ਇਹ ਕਿੱਦਾਂ ਹੋ ਗਿਆ ਇੱਕ ਮਿੰਟ ਮੈਂ ਇੱਥੇ ਆਣ ਕੇ ਦੇਖਦਾ ਮੈਨੂੰ ਉੱਥੋਂ ਸਹੀ ਨਹੀਂ ਦੇਖ ਯੋ ਦੀਦੀ ਲੁੱਕ ਦੁਬਾਰਾ ਸਾਇਡ ਨਹੀਂ ਯੋ ਯਾ ਸਹੀ ਗੱਲ ਆ ਯਾ ਇਟਸ ਵੀਅਰਡ ਪਾਥ ਨੀਚੇ ਆ ਵਾਟਰ ਹੈ ਆ ਅਰ ਸਾਜ ਹਾਂ ਨਕਾ ਬਣ ਕੇ ਗਏ ਸੀ ਇੱਥੇ ਬਣਾਈ ਵਾਟਰ ਤੇ ਫੇਰ ਉਹ ਪਾਣੀ ਨੂੰ ਲਾਇਆ ਬੰਨ ਇੱਥੇ ਝੋਨਾ ਲਾਉਣਾ ਵਾ ਨਹੀਂ ਕੀ ਸਲਾਹ ਸੀ ਟਰੂਡੋ ਵਾਲੀ ਕੀ ਆਂਦਾ ਵੀ ਬੀਜ ਲੈ ਕਰੋ ਬੀਜ ਲੈ ਕਰੋ ਪਰ ਮੈਂ ਸੋਚਦਾ ਵੀ ਜਗ੍ਹਾ ਵਿਹਲੀ ਛੱਡ ਦਈਏ ਜੰਗਲ ਆ ਥੋੜੀ ਚਲ ਥੋੜੀ ਲਾ ਦਿੰਨੇ ਆਉਂਦਾ ਜਾਂਦਾ ਬੰਦਾ ਰੋਟੀ ਪਾਣੀ ਰਾਹ ਚ ਰੁਕ ਕੇ ਹਾਂ ਆ ਇਹ ਵੀ ਗੱਲ ਠੀਕ ਹੈ ਬਾਕੀ ਉਹਦੇ ਨਾਲ ਮੈਂ ਗੱਲ ਕਰਨੇ ਆਂਦਾ ਭਾਈ ਆ ਜੰਗਲ ਦਾ ਕੰਟੈਕਟ ਲੈ ਲਓ
ਇਹਨੂੰ ਵੱਢ ਕੇ ਜੋ ਮਰਜ਼ੀ ਸਿਟੀ ਬਣਾ ਦਿਓ ਜੋ ਮਰਜ਼ੀ ਬਣਾ ਦਿਓ ਤੇ ਮੈਂ ਸੋਚਦਾ ਕਿਉਂ ਐਵੇਂ ਪੇੜਾਂ ਦਾ ਨੁਕਸਾਨ ਕਰਨਾ ਵਿਚਾਰੇ ਜੀਵ ਜੰਤੂ ਰਹਿੰਦੇ ਆ ਰਹੀ ਜਾਂ ਰਾਈਟ ਚਲੋ ਆਪਾਂ ਜੀਵ ਜੰਤੂ ਆਪਾਂ ਵੀ ਰਹਿ ਸਕਦੇ ਚਲੋ ਗਾਇਸ ਦੱਸਿਓ ਵੀ ਆਹ ਰੁੱਖ ਕੱਟਣੇ ਚਾਹੀਦੇ ਕਿ ਨਹੀਂ ਕੱਟ ਕੇ ਜੇ ਆਪਾਂ ਸਿਟੀ ਬਣਾ ਦਈਏ ਓਕੇ ਸੋ 8 ਪੁਆਇੰਟ ਟੋਟਲ ਕਰ ਚੁੱਕੇ ਹਾਂ 14 ਪੁਆਇੰਟ ਆ 6 ਪੁਆਇੰਟ ਜੇ ਹੋਰ ਪਏ ਆ ਬਸ ਹੋ ਜੂਗੀ ਸਭ ਦੀ ਲਾਈਕ ਵੈਸੇ ਤਾਂ ਸੋਕਿਆ ਬਟ ਮੇਰਾ ਨਾ ਆਹ ਵਾਲਾ ਮੋਢਾ ਥੋੜ੍ਹਾ ਦਰਦ ਕਰਦਾ ਹੁੰਦਾ ਸੀ ਫੋਰ ਲਾਈਕ ਜਿੰਮ 'ਚ ਕਰਦਿਆਂ ਆਈ ਥਿੰਕ 2 ਸਾਲ ਹੋ ਗਏ ਇੰਜਰੀ ਹੋਈ ਸੀ ਬਾਕੀ ਤਾਂ ਤੁਰਨ ਤਾਰਨ ਦੀ ਡੀ ਕੋਈ ਚੱਕਰ ਨਹੀਂ ਚਲੋ ਕਰੀ ਜਾਂਦੇ ਹਾਂ ਬਟ ਆ ਮੋਢਾ ਥੋੜ੍ਹਾ ਜਿਹਾ ਮੇਰਾ ਦਰਦ ਕਰਦਾ ਪਿਆ ਆਈ ਥਿੰਕ ਅੱਗੇ ਆ ਇੱਥੇ ਕਿਤੇ ਵੁੱਡ ਪੈਕਰ ਦਾ ਹੁਣ ਬੋਲਣ ਨਹੀਂ ਦਿਆ ਡਰ ਗਿਆ ਉਹ ਵੇਟ ਵੇਟ ਇੱਧਰ ਵੀ ਆ ਲਾਈਕ ਇਹ ਕਿੱਧਰ ਵੀ ਹੈਗਾ ਚਲੋ ਲੈਟਸ ਗੋ ਓਕੇ ਸੋ ਹੁਣ ਆਪਾਂ ਹੈਗੇ ਆ ਇੱਥੇ ਰੈੱਡ ਬਣੇ ਆ 10 11 12 13 1 2 3 4 5 ਇੱਥੇ ਆ ਗਏ ਆ ਕਰਨਾ ਸਾਰਾ ਕੋਲ ਆ ਆਪਾਂ ਡਨ ਕਰ ਦਿੱਤਾ 8ਵੇਂ ਤੇ ਆ ਵੀ ਆ ਹੇ ਵੀ ਆ ਸਟਿਲ 5 ਮੋਰ ਪੁਆਇੰਟਸ ਓਕੇ ਦੈਟਸ ਨਾਟ ਬੈਡ ਓ ਯੋ ਦਿਸ ਇਜ਼ ਦ ਵਿਊ ਪੁਆਇੰਟ ਆਮ ਟਾਕਿੰਗ ਅਬਾਊਟ ਦਿਸ ਇਜ਼ ਦ ਵਿਊ ਪੁਆਇੰਟ ਆਮ ਟਾਕਿੰਗ ਅਬਾਊਟ ਬ੍ਰਾਵੋ ਦੇਅਰ ਲੈਟਸ ਗੋ ਰਿਪ ਪੰਜਾਬੀ ਲੱਗਦੇ ਹੁਣ ਨਹੀਂ ਬੋਲੇ ਹੁਣ ਆਲਮੋਸਟ ਅਸੀਂ 8 ਕਿਲੋਮੀਟਰ ਕਰ ਚੁੱਕੇ ਨੇ ਜਾਂ ਅਰਾਊਂਡ ਆਲਮੋਸਟ 8 ਕਿਲੋਮੀਟਰ ਕਰ ਚੁੱਕੇ ਹਾਂ ਇੱਥੇ ਵੇਖ ਸਕਦੇ ਬੈਠੇ ਅਸੀਂ ਹੁਣ ਸਾਰੇ ਜਣੇ ਚਲੇ ਚੁੱਕੇ ਅੱਗੇ ਅਸੀਂ ਕਿਹਾ ਥੋੜ੍ਹਾ ਜਿਹਾ ਰੁਕ ਕੇ ਜਾਵਾਂਗੇ ਸੋ ਦੈਟ ਫਾਸਟ ਚੱਲ ਸਕੀਏ ਇਹ ਸਲੋ ਬੜੀ ਚੱਲਦੇ ਸਾਰੇ ਜਣੇ ਹਨਾ ਅੱਲਾ ਮੁੜ ਕੇ ਐਵੇਂ ਲੱਤਾਂ ਵੱਜਦੇ ਰਹਿਣਗੇ ਸਾਡੇ ਵੀ ਗੋਡੇ ਪੀੜੀ ਕਰਨੇ ਲਾਉਣਗੇ ਅਸੀਂ ਤੁਹਾਨੂੰ ਪਤਾ ਫਿਰ ਵਧੀਆ ਕਲਾਈਂਬਰ ਹੈਗੇ ਹਨਾ ਠੀਕ ਆ ਸੋ ਬਸ ਹੁਣ 2 ਕਿਲੋਮੀਟਰ ਹੋ ਰਹਿ ਗਿਆ ਪਰ ਬੱਸ ਹੋ ਗਈ ਅੱਜ ਲੱਤਾਂ ਦੀ ਸ਼ੂਰ ਦਾ ਹਾਲਤ ਦੇਖ ਲਓ ਕੀ ਬਣੇ ਪਏ ਆ ਸ਼ਕਲ ਦੀ ਵੀ ਵੇਖ ਸਕਦੇ ਕੀ ਹਾਲ ਹੋਇਆ ਪਿਆ ਅਸੀਂ ਜੰਗਲ 'ਚ ਗਵਾ ਚੁੱਕੇ ਗਾਈ ਹੁਣ ਦੇਖ ਅਸੀਂ ਚੈੱਕ ਕਿੱਦਾਂ ਕਰਨਾ ਜਿਹੜੇ ਮੈਂ ਤੁਹਾਨੂੰ ਵਿਊ ਪੁਆਇੰਟ ਦਿਖਾਇਆ ਬੈਸਟ ਪਾਰਟ ਆ ਜਿਹੜਾ ਥੋੜ੍ਹਾ ਥੋੜ੍ਹੇ ਟਾਈਮ 'ਤੇ ਵਿਊ ਪੁਆਇੰਟ ਹੈਗੇ ਨਾ ਉਹਨਾਂ ਨੇ ਉੱਥੇ ਬਹਿ ਕੇ ਇੰਜੋਏ ਕਰਕੇ ਉਹ ਬੈਸਟ ਟਾਈਮ ਆ ਲਾਈਕ ਉਹ ਆਈ ਥਿੰਕ ਜ਼ਿਆਦਾ ਮੋਟੀਵੇਸ਼ਨ ਵੀ ਦਿੰਦੇ ਆ ਸੋ ਜਿਹੜਾ ਤੁਹਾਨੂੰ ਇੰਨੀ ਲੰਬੀ ਜਿਹੜੀ ਟ੍ਰੇਲ ਆ ਉਹ ਲੱਗਦੀ ਨਹੀਂ ਵੀ ਕੁਛ ਹੈਗੀ ਆ ਯੂ ਸੇਇੰਗ ਵੀ ਕੇਮ ਫਰਮ 12 ਬਟ ਔਨ ਦਾ ਸਟ੍ਰੇਟ ਲਾਈਨ ਰਾਈਟ ਨਾਓ ਓਕੇ ਇਫ ਯੂ ਗੋ ਦੈਟ ਵੇ ਦੈਟਸ ਰਾਈਟ ਦੈਟਸ ਅਪ ਦੈਟਸ ਗੋਇੰਗ ਟੂ ਗੋ ਦਿਸ ਵੇ ਯਾ ਵੀ ਵਾਂਟ ਟੂ ਗੋ ਦੈਨ ਫਿਰ ਆਪਾਂ ਇੱਧਰ ਹੀ ਜਾਣਾ ਰਾਈਟ ਠੀਕ ਆ ਲੈਫਟ ਓਕੇ ਯਾ ਉਹਨਾਂ ਦੀ ਵੇਟ ਕਰਦੇ ਫਿਰ ਉਹ ਵੀ ਕਨਫਰਮ ਥੈਂਕ ਤੁਸੀਂ ਬੈਕ ਕੀਤਾ ਉਹਨੂੰ ਮੈਨੂੰ ਸਪਾਂਸਰਸ਼ਿਪ ਦਿੱਤਾ ਸੋ ਫਾਈਨਲੀ ਟ੍ਰੇਲ ਹੋ ਚੁੱਕੀ ਹੈ ਐਂਡ ਆਲਮੋਸਟ 12.5 ਕਿਲੋਮੀਟਰ ਦੀ ਟ੍ਰੇਲ ਵਾਕ ਕੀਤੀ ਜਿਹਦੇ ਵਿੱਚੋਂ ਲਾਈਕ ਕਲਾਈਂਬਿੰਗ ਪਾ ਕੇ 71 ਫਲੋਰ ਦੀ ਕਲਾਈਂਬਿੰਗ ਸੀ ਐਂਡ ਮੋਰ ਦੈਨ 1000 ਕੈਲਰੀਜ ਜਿਹੜੀਆਂ ਬਰਨ ਕੀਤੀਆਂ ਸੋ ਬਸ ਡਨ ਹੋ ਗਈ ਐਂਡ ਨਾਉ ਬਸ ਹੁਣ ਜਾ ਕੇ ਮਿਲਦੇ ਬਹੁਤ ਜ਼ਿਆਦਾ ਟਾਇਰਡ ਹੋ ਚੁੱਕੇ ਹਾਂ ਲਾਈਕ ਸਵੈਟਿੰਗ ਹੋਈ ਪਈ ਪੂਰੇ ਸਰੀਰ 'ਤੇ ਐਂਡ ਐਵਰੀਥਿੰਗ ਸਾਰੇ ਕੁਛ ਡੈਡ ਹੋਇਆ ਪਿਆ ਵਾ ਸੋ ਅੱਗੇ ਜਾ ਕੇ ਮਿਲਦੇ ਹਾਂ ਗਿਆ ਸੀ ਆਲਮੋਸਟ 6 ਆਰ ਬਟ ਆਪਾਂ 9:30 ਸਟਾਰਟ ਕੀਤੀ ਸੀ ਡੇਟ 3.5 ਆਰ 'ਚ ਆਪਾਂ ਕਰਨੀ ਆ ਉੱਥੇ ਬੋਰ ਲੱਗੇ ਉੱਥੇ ਇੰਨਾ 3.5 ਆਰ ਲਾਈਕ ਮੋਰ ਦੇ ਥੋੜ੍ਹਾ ਜਿਹਾ ਜ਼ਿਆਦਾ 3 ਆਰ 40 ਮਿੰਟਸ 'ਚ ਆਲਮੋਸਟ ਤੁਸੀਂ ਨਿਕਲੇ ਕਿੱਦਾਂ ਇਹ ਬੰਦਾ ਇੱਡਾ ਕਿੱਦਾਂ ਆ ਪਤਾ ਹੀ ਨਹੀਂ ਹੁਣ ਪਿੱਛੇ ਬੰਦੇ ਤੇ ਰਹਿ ਗਏ ਉਹਨਾਂ ਨੂੰ ਲਿਆਉਣਾ ਪੈਣਾ ਵਾ ਜਾਏਗਾ 1 ਕਿਲੋਮੀਟਰ ਰਹਿ ਗਿਆ ਬਟ ਨਹੀਂ ਜੇ ਚਾਹੀਦਾ ਜੇ ਸਾਥ ਨੂੰ ਪਾਇਆ ਬੰਦਾ ਐਂਡ ਤੱਕ ਰਵੇ ਨਾ ਐਂਡ ਹੋ ਗਿਆ ਐਂਡ ਤੇ ਆਪ ਭੱਜੇ ਗਏ ਵੀ ਹੁਣ ਮੈਨੂੰ ਰੁਕਣਾ ਨਾ ਪੈ ਜਾਏ ਬਹੁਤ ਬਹੁਤ ਖਰਾਬ ਹੋਏ ਤੁਸੀਂ ਸੌਰੀ ਰਾਤ ਤੱਕ ਤਾਂ ਵੱਜ ਰਹੇ ਬਸ ਕਿਹੜੀ ਐਕਸੀ ਮੈਂ ਗਈ ਵਾਪਸ ਆ ਗਏ ਸੀ ਤੇ ਆਉਂਦੇ ਆ ਪਹਿਲਾਂ ਲੰਚ ਕੀਤਾ ਬਹੁਤ ਜ਼ਿਆਦਾ ਥੱਕੇ ਹੋਏ ਸੀ ਐਂਡ ਬੈਸਟ ਚੀਜ਼ ਸਾਡੇ ਨਾ ਇਹਦੇ ਪਿੱਛੇ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਸੀ ਨਾ ਲੇਕ ਹੀ ਇੱਥੇ ਆਪਾਂ ਲੇਕ 'ਚ ਆ ਗਏ ਅਤੇ ਪਾਣੀ 'ਚ ਪੈਰ ਪਾਏ ਤੇ ਇੰਨਾ ਰਿਲੈਕਸਿੰਗ ਫੀਲ ਹੋ ਰਿਹਾ ਨਾ ਲਾਈਕ ਸਾਰੀ ਥਕਾਵਟ ਲੱਗਦਾ ਪਿਆ ਵੀ ਵਾਸ਼ ਆਊਟ ਹੋ ਗਈ ਐਂ ਰਿਲੈਕਸ ਹੋਈ ਜਾਂਦਾ ਬਹੁਤ ਵਧੀਆ ਐਕਸਪੀਰੀਅੰਸ ਹੈ
ਆਈ ਥਿੰਕ ਸੋ ਲਾਸਟ ਕਲਿੱਪ ਦੇਖੀ ਉਸ ਤੋਂ ਬਾਅਦ ਅਸੀਂ ਥੋੜ੍ਹੇ ਬਹੁਤ ਮੈਂ ਸਵਿਮਿੰਗ ਸੂਟ ਪਾ ਕੇ ਥੋੜ੍ਹੀ ਬਹੁਤ ਸਵਿਮਿੰਗ ਕੀਤੀ ਉਸ ਤੋਂ ਬਾਅਦ ਸਾਰੇ ਜਣੇ ਬੈਠੇ ਗੱਲਾਂ ਮਾਰਦੇ ਰਹੇ ਅਤੇ ਮੈਂ ਜਿੱਦਾਂ ਕਿਹਾ ਸੀ ਵੀ ਤੁਹਾਨੂੰ ਦੱਸੂੰਗਾ ਪ੍ਰਾਈਸ ਵਗੈਰਾ ਲਾਈਕ ਆਹ ਜਿਹੜੀ ਸਾਈਟ ਅਸੀਂ ਪਿੱਛੇ ਬੁੱਕ ਕੀਤੀ ਸੀ ਲਾਈਕ ਤਿੰਨ ਸਾਈਟਾਂ ਬੁੱਕ ਕੀਤੀਆਂ ਸੀ ਇੱਥੇ ਇੱਦਾਂ ਹੁੰਦਾ ਵੀ ਇੱਕ ਸਾਈਡ 'ਚ ਤੁਸੀਂ ਸਿਰਫ ਇੱਕ ਟੈਂਟ ਲਗਾ ਸਕਦੇ ਜੇ ਪਲੱਸ ਅਗਰ ਤੁਸੀਂ ਕਿਚਨ ਵਗੈਰਾ ਲਾਉਣੀ ਆ ਤਾਂ ਉਹ ਤੁਸੀਂ ਯੂਜ਼ ਕਰ ਸਕਦੇ ਜੇ ਅਤੇ ਇੱਕ ਸਾਈਟ ਦਾ ਇਹਦਾ ਪ੍ਰਾਈਜ਼ ਹੈਗਾ ਆਲਮੋਸਟ $70 ਲਾਈਕ ਤਾਂ ਲਾ ਲਓ ਤਿੰਨਾਂ ਦਾ ਹੋ ਗਿਆ ਬਾਈ $210 ਅਤੇ ਬਾਕੀ ਜੋ ਵੀ ਆ ਬੇਸਿਕਲੀ ਇੰਨੀ ਐਕਸਪੈਂਸਿਵ ਨਹੀਂ ਹੈਗੀ ਕੈਂਪਿੰਗ ਬਟ ਡਿਪੈਂਡ ਕਰਦਾ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਇਕੁਪਮੈਂਟ ਹੈਗੇ ਆ ਲਾਈਕ ਟੈਂਟ ਵਗੈਰਾ ਏਅਰ ਮੈਟਰਿਸ ਹੋ ਗਏ ਪਲੱਸ ਤੁਹਾਡੇ ਜਿਹੜੇ ਆ ਆਪਣਾ ਸਲੀਪਿੰਗ ਬੈਗ ਹੋ ਗਏ ਇਹ ਸਾਰਾ ਕੁਝ ਤੁਹਾਡੇ ਕੋਲ ਜੇ ਹੋਵੇ ਫਿਰ ਇਟਸ ਓਕੇ ਆ ਅਤੇ ਬਾਕੀ ਫੂਡ ਵਗੈਰਾ ਜੋ ਤੁਸੀਂ ਘਰ ਖਾਂਦੇ ਲਾ ਲਓ ਵੀ ਉਹ ਚਿਕਨ ਵਗੈਰਾ ਜਾਂ ਜੋ ਕੁਛ ਤੁਸੀਂ ਬਣਾਉਣਾ ਚਾਹੁੰਦੇ ਜੇ ਉਹ ਆਪਣਾ ਲੈ ਕੇ ਆ ਸਕਦੇ ਜੇ ਸੋ ਓਵਰਆਲ ਆਈ ਥਿੰਕ ਵਧੀਆ ਐਕਸਪੀਰੀਅੰਸ ਆ ਫਨ ਆ ਕਰਨਾ ਚਾਹੀਦਾ ਤੁਹਾਨੂੰ ਅਤੇ ਜੇ ਇੱਥੋਂ ਤੱਕ ਵੀਡੀਓ ਨੂੰ ਵੇਖਿਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਨੀਚੇ ਮੇਰਾ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਹੈਂਡਲ ਦਾ ਲਿੰਕ ਦਿੱਤਾ ਐਂਡ ਆਲਸੋ ਥਰੈਡ ਦਾ ਲਿੰਕ ਦਿੱਤਾ ਦੋਨਾਂ ਨੂੰ ਜਾ ਕੇ ਜ਼ਰੂਰ ਫੋਲੋ ਕਰਿਓ ਸੋ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ